हेलो मित्रों, की हाल चाल जी। मित्रों अज आए हैं सिंह बटाला दी शॉप ते डैक लवाण, ते तुहानू इन्हां दे डैक जिहड़े आ किहड़ा किन्ने दा इहदी जानकारी दिंदे आ। आपां जी देणगे जानकारी। सत श्री अकाल भाजी। सत श्री अकाल जी। ते वीर जी सिस्टम दा दसो भी किहड़ा किन्ने दा। सारी रेंज ते आ जिहड़ी वड्डी रेंज ते कस्टमर तैयार करवा सकदा आ। ਬੋਕਸ ਜਿਹੜਾ ਅਸੀਂ ਪੂਰਾ ਵਾਟਰ ਪਰੂਫ ਪਲਾਈ ਚ ਬਣਾਈਦਾ ਆ, ਭਾਵੇਂ ਪਾਣੀ ਦੇ ਵਿੱਚ ਡਬੋ ਵੀ ਦਿਓ ਕਿ ਤੁਸੀਂ ਪਲਾਈ ਨੂੰ ਤਾਂ ਵੀ ਕੁਛ ਨਹੀਂ ਹੋਣਾ ਜੀ। ਠੀਕ ਹੈ, ਠੀਕ ਹੈ। ਫਿਰ ਇਹਦੇ ਉੱਤੇ ਜਾਣਾ ਫਿਰ ਚਾਰ ਬੇਸਾਂ ਹੋ ਜਾਂਦਾ ਆ, ਛੇ ਬੇਸਾਂ। ਇਹ ਤਿੰਨ ਬੇਸ ਵਾਲਾ ਕਿੰਨੇ ਦਾ? ਇਹ ਵਾਲਾ ਬਣ ਜਾਂਦਾ ਵਾ ਕੋਈ 26-27 ਹਜ਼ਾਰ ਰੁਪਏ ਦੀ ਰੇਂਜ ਸਿਸਟਮ। 27 ਹਜ਼ਾਰ? ਹਾਂ, ਠੀਕ ਹੈ। ਸਿਸਟਮ ਇਹ 'ਚ ਸਸਤੀ ਰੇਂਜ ਦੀ ਇੱਕ ਬਣਾਈ ਦੀ ਆ, 24-25 ਹਜ਼ਾਰ ਦੀ ਰੇਂਜ ਦੇ ਵਿੱਚ। ਉਹਦੇ ਵਿੱਚ ਫਿਰ 2.5 ਇੰਚ ਕੋਇਲ ਹੁੰਦੀਆਂ ਆ। ਇਹ ਜਿਹੜਾ ਵਾ 3 ਇੰਚ ਕੋਇਲ 'ਚ ਕਰ ਰਹੇ ਹਾਂ, ਇਹ ਵੀ ਕਿਸੇ ਦਾ ਹੀ ਤਿਆਰ ਕਰ ਰਹੇ ਹਾਂ ਔਰਡਰ 'ਤੇ। ਫਾਈਬਰ ਉੱਡੇ ਆ ਸਾਰੀਆਂ, ਠੀਕ ਹੈ ਜੀ। ਆਪਣੇ ਕੋਲ ਸਭ ਤੋਂ ਟੋਪ ਦੀ ਕੁਆਲਿਟੀ ਮਿਲੂਗੀ। ਮਤਲਬ ਇਹ ਨਹੀਂ ਹੈਗਾ ਕਿ ਫਾਈਬਰ ਲਾਈ ਹੈ ਅਤੇ ਫਟ ਜੂਗੀ। ਹੁਣ ਜਿਵੇਂ ਆਹ ਫਾਈਬਰ ਹੀ ਹੈ, ਕਸਟਮਰ ਵੀ ਚੈੱਕ ਕਰਕੇ ਗਿਆ ਫਾਈਬਰ ਉਦੋਂ, ਤੁਸੀਂ ਭਾਵੇਂ ਖਲੋ ਜਾਓ, ਕੋਈ ਟੈਨਸ਼ਨ ਨਹੀਂ ਹੈ। ਤੁਸੀਂ ਦੋ ਜਣੇ ਆ ਕੇ ਖਲੋ ਜਾਓ, ਕੋਈ ਟੈਨਸ਼ਨ ਨਹੀਂ ਹੈ। ਅਤੇ ਹਜੇ ਇਹਦੇ ਵਿੱਚ ਲੋਹੇ ਦੀ ਫਿਟਿੰਗ ਨਹੀਂ ਹੈਗੀ ਥੱਲੇ, ਆਹ ਦੇਖੋ ਅੰਦਰ ਕੋਈ ਲੋਹੇ ਦੀ ਫਿਟਿੰਗ ਨਹੀਂ ਲਾਈ ਹੈ। ਉੱਦਾਂ ਖਲੋ ਜਾਈਦਾ ਆ, ਮਤਲਬ ਪੂਰੀ ਹੈਵੀ ਤਿਆਰ ਕਰਦੇ ਹਾਂ A to Z। ਫਿਰ ਯੂ ਪਾਈਪ ਵੀ ਸਾਡੇ ਆਪਣੇ ਤਿਆਰ ਹੁੰਦੇ ਆ, ਠੀਕ ਹੈ। ਜਿੰਨੇ ਵੀ ਯੂ ਪਾਏ ਹੋਣਗੇ ਸਾਰੇ ISI ਮਾਰਕ ਆ, ਕੋਈ ਦੇਸੀ ਨਹੀਂ ਹੋਏਗਾ। ਬਾਕੀ ਦੁਕਾਨਦਾਰ ਦੇਸੀ ਵੀ ਲਾ ਜਾਂਦੇ ਆ, ਆਪਣੇ ਕੋਲ ਨਹੀਂ ਆ, ਸਾਰੇ ISI ਮਾਰਕ ਆ ਹੀ ਯੂ ਹੋਏ। ਠੀਕ ਠੀਕ ਠੀਕ। ਬਾਕੀ ਜਿੱਦਾਂ ਮਰਜ਼ੀ ਕੋਈ ਕਸਟਮਰ ਕਹੇ ਮੈਂ ਡਾਊਨ ਸੀਲਿੰਗ ਕਰਾਉਣੀ ਆ, ਅੰਦਰ ਅੱਜ ਕੱਲ੍ਹ ਡਾਊਨ ਸੀਲਿੰਗ ਚੱਲਦੀ ਹੈ, ਹਾਂਜੀ ਹਾਂਜੀ, ਉਹ ਵੀ ਤਿਆਰ ਕਰ ਦਿੱਤੀ। ਉਹਦਾ ਕੀ ਖਰਚਾ? ਡਾਊਨ ਸੀਲਿੰਗ ਉਹ ਹੀ 8-10 ਹਜ਼ਾਰ ਰੁਪਏ ਦਾ ਖਰਚਾ ਮਿਲਦਾ ਹੈ। ਬਾਕੀ ਕਸਟਮਰ 'ਤੇ ਡਿਪੈਂਡ ਆ ਕਿ ਉਹ ਕਿਹੋ ਜਿਹੀ ਕਰਾਉਣਾ ਚਾਹੁੰਦਾ। चलो ठीक है, चलो ठीक है भाजी, धन्यवाद बहुत बहुत।